पहला आपका नाम दस यार। दिशान अली नाम है मेरा। अच्छा ते हुन नंबर आपका बोल दो। 0347 8 9 8 4 8 4 6 6 4 4 7। नंबर पूरे लिखाए कि ज्यादा दिन लिखाते ही? नहीं पूरा। चल फिर बोल, खुलो जा। तेरे नाल ही है 0347 8 8 9 9 8 8 4 4 6 6 4 4। ते नंबर तेरा के नंबर तेरा के आंदा है तेरा नंबर मोबाइल भी तेरा है व्हाट्सएप पे भी पाए है ते 7 व्हाट्सएप भी नंबर ही आई है निशान वाले लिखे आप निशान वाले जी लिखे जाए जी व्हाट्सएप पे लो जनाब माशाल्लाह ਅਹੀਂ ਥੋੜ੍ਹੀ ਜਿਹੀ ਇਹਨੂੰ ਅਹੀਂ ਲਿਆਵੇ ਨਾ ਉਹਨੂੰ ਲਓ ਜੀ ਬਸ਼ੇਰੀ ਤੁਹਾਨੂੰ ਕੋਈ ਘੋੜੀ ਬੱਚੇ ਵਾਲੀ ਵੀ ਖੜੀ ਤੇਰੇ ਕੋਲ ਕਿਹੜੀ ਸਾਰੀ ਘੋੜੀ ਵੇਚ ਸਾਰੀ ਹਾਂ ਸਾਰੀ ਬੱਚੇ ਵਾਲਾ ਉਹ ਬੱਚੇ ਵਾਲੀ ਵੇਚਦੀ ਆ ਲਓ ਜਨਾਬ ਤਾਰਕ ਭਾਈ ਆ ਜ਼ਰਾ ਤੁਸੀਂ ਦੇਖੋ ਇਹ ਬਛੇਰੀ ਹੈ ਛੋਟੀ ਇੱਧਰ ਆਈ ਜ਼ਰਾ ਲਓ ਜੀ ਇਹ ਬਛੇਰੀ ਜੀ ਛੋਟੀ ਇਹ ਕਿੰਨੇ ਮਹੀਨੇ ਦੀ ਸੂਈ ਹੋਈ ਹੈ ਇੱਕ ਮਹੀਨਾ ਦੱਸ ਦਿਨ ਅਤੇ ਫਿਰ ਇਹਦੇ ਖੋਲੋ ਖੋਤੇ ਕੋਲੋਂ ਕ੍ਰਾਸ ਕਰਾਈਏ ਲਓ ਜੀ ਖੋਤੇ ਕੋਲੋਂ ਤੋਂ ਕ੍ਰਾਸ ਕਰਾਈਏ ਅਤੇ ਇਹ ਬਛੇਰੀ ਇਹਦੀ ਇਹ ਬਛੇਰੀ ਅਤੇ ਕੀ ਨਾਂ ਕੀ ਵੀਰ ਆਪਣਾ ਉਮੈਰ ਕਿਹੜੀ ਜਗ੍ਹਾ ਤੋਂ ਆਇਆ ਮੁਰਾਲੇ ਤੋਂ ਅਤੇ ਇਹਦੇ ਕਿੰਨੇ ਪੈਸੇ ਹੋ ਜਾਣਗੇ ਦੱਸਿਆ ਫਿਰ ਦੱਸ ਦਿਓ ਉਹ ਤਾਂ ਮੈਨੂੰ ਦੱਸਿਆ ਨਾ ਔਨ ਕੈਮਰਾ ਦੱਸ ਪੰਜਾਹ ਹਜ਼ਾਰ ਰੁਪਈਆ ਅਤੇ ਨੰਬਰ ਸ਼ੰਬਰ ਹੈਗਾ ਤੇਰਾ ਨੰਬਰ ਤੇਰਾ ਬੋਲ 0343 360 360 361 ਲਓ ਜਨਾਬ ਸ਼ੇਰੀ ਮਾਸ਼ਾਅੱਲਾ ਤੁਸੀਂ ਦੇਖੋ ਅਤੇ ਰੇਟ ਵੀ ਮੁਨਾਸਿਬ ਹੈਗਾ ਜੇ 50,000 ਰੁਪਇਆ ਦੋਵਾਂ ਦਾ ਇਹ ਛੋਟੀ ਬਛੇਰੀ ਹੈਗੀ ਹੈ ਮਾਸ਼ਾਅੱਲਾ ਬਛੇਰੀ ਵੀ ਸੋਹਣੀ ਹੈ ਬਿਲਕੁਲ ਭਰਾ ਕਿੱਧਰ ਕਿੱਧਰ ਮਾਂ ਥੱਲੇ ਵੜੀ ਜਾਣੀ ਹੈ ਲਓ ਜੀ ਇਹ ਬਛੇਰੀ ਜੇ ਅਤੇ ਲਓ ਜਨਾਬ ਤੁਹਾਨੂੰ ਹੋਰ ਵਿਖਾ ਰਹੇ ਸ਼ਰ ਲਓ ਜੀ ਇਹ ਬਛੇਰੀ ਹੈਗੀ ਜੀ ਛੋਟੀ ਲਓ ਜੀ ਘੋਰ ਮਾਸ਼ਾਅੱਲਾ ਵੇਖੋ ਛੋਟਾ ਜਿਹਾ ਬੱਚਾ ਆਇਆ ਜੇ ਛੋਟਾ ਜਿਹਾ ਬੱਚਾ ਜੇ ਬਛੇਰਾ ਅਤੇ ਝਾਂਜਰਾਂ ਝੁੰਜਰਾਂ ਵੀ ਪਾਈਆਂ ਹੋਈਆਂ ਲਓ ਪਹਿਲਾਂ ਤੁਹਾਨੂੰ ਮੈਂ ਵਿਖਾ ਲਵਾਂ ਛੋਟਾ ਬਛੇਰਾ ਜਨਾਬ ਇੱਥੇ ਜਿਹੜਾ ਗੁਜਰਾਤ ਮੰਡੀ ਦੇ ਵਿੱਚ ਜਾਨਵਰ ਮਾੜੇ ਭਾਵੇਂ ਹੁੰਦੇ ਨੇ ਲੇਕਿਨ ਇੱਥੋਂ ਦੇ ਰੇਟ ਵੀ ਮੁਨਾਸਿਬ ਨੇ ਮੈਂ ਦੇਖਿਆ ਕਿ ਅਮੀਪੁਰ ਮੰਡੀ ਜਾਂ ਤਾਂਦਰਾ ਮੰਡੀ ਉੱਥੇ ਰੇਟ ਬਹੁਤ ਜ਼ਿਆਦਾ ਲੇਕਿਨ ਇੱਥੇ ਜਿਹੜਾ ਹੈਗਾ ਇੱਥੇ ਜਾਨਵਰਾਂ ਦੇ ਰੇਟ ਮੁਨਾਸਿਬ ਨੇ ਇਹ ਦੇਖੋ ਅਸੀਂ ਥੋੜ੍ਹਾ ਜਿਹਾ ਟੋਰੀ ਹਾਂ ਅਸੀਂ ਟੋਰੀ ਥੋੜ੍ਹਾ ਜਿਹਾ ਲਓ ਜੀ ਵੇਖੋ ਉਰਾ ਲਾਇਆ ਮੈਂ ਲਓ ਜੀ ਫਿਰ ਅਗਰ ਸ਼ੌਕ ਸ਼ੁਰ ਬੰਦਾ ਪੂਰਾ ਕਰਨਾ ਹੋਵੇ ਤਾਂ ਬੰਦਾ ਇੱਥੋਂ ਲੈ ਜਾਵੇ ਮੁਨਾਸਿਬ ਰਿਹਾ ਰੰਗ ਇਹਦਾ ਪੂਰਾ ਹੈਗਾ ਇਹ ਨਸਲ ਕਿਹੜੀ ਵੀਰ ਪਿਓਰ ਦੇਸੀ ਅਤੇ ਕੀ ਨਾਂ ਕੀ ਆਪਣਾ ਹਾਂ ਸ਼ਾਦਾ ਮਾਨ ਅੱਛਾ ਅਤੇ ਇਹ ਕਿੰਨੇ ਮਹੀਨਿਆਂ ਦਾ ਇਹ ਕਿੰਨੇ ਮਹੀਨਿਆਂ ਦਾ ਤਕਰੀਬਨ 5-7 ਕੁ ਮਹੀਨਿਆਂ ਦਾ ਅੱਛਾ ਅਤੇ ਕਿੰਨੇ ਵੀਰ ਜੀ ਇਹਦੇ ਪੈਸੇ ਨੇ 40,000 40,000 ਲਓ ਜੀ ਇਹ 40,000 ਦਾ ਜੀ 40,000 ਦਾ ਕੋਈ ਨੰਬਰ ਹੈ ਆਪਣਾ ਤੇ ਹੁਣ ਮੁਸਤਫਾ ਦਾ ਨੰਬਰ ਮੈਂ ਲੱਭਾਂ ਅਤੇ ਆਪ ਦਾ ਨੰਬਰ ਰੱਖ ਲਓ ਜੀ ਕਹਿੰਦਾ ਨੰਬਰ ਨਹੀਂ ਭਾਈ ਦਾ ਹੈਗਾ ਮਾਸ਼ਾਅੱਲਾ ਖੂਬਸੂਰਤ ਬਛੇਰਾ
ਇਹਦੇ ਨਾਲ ਵੀ ਰਿਆਤ ਰੂਤ ਹੋ ਸਕਦੀ ਹੈ। ਤੇ ਪਜੇਬਾ ਪਜੂਬਾ ਪਾਈਆਂ ਨੇ, ਨਚਾਣਾ ਨੱਚਦਾ ਵੀ ਹੈ, ਨੱਚਦਾ ਨਹੀਂ, ਪਜੇਬਾ ਪਾਈਆਂ ਨੇ, ਮੈਂ ਕਿਹਾ ਸ਼ਾਇਦ ਨੱਚਦਾ ਹੀ ਹੋਵੇ। ਲਓ ਜੀ ਇੱਕ ਹੋਰ ਮਾਸ਼ਾਅੱਲਾ ਘੋੜੀ ਵੇਖੋ ਤੁਸੀਂ, ਅਤੇ ਪਰਲੇ ਪੈਰ ਦੇ ਉੱਤੇ ਥੋੜ੍ਹਾ ਜਿਹਾ ਦਾਗ ਹੈਗਾ, ਅਤੇ ਘੋੜੀ ਤੁਹਾਨੂੰ ਅਸੀਂ ਵਿਖਾਉਂਦੇ ਹਾਂ, ਘੋੜੀ ਮਾਸ਼ਾਅੱਲਾ ਤੁਹਾਨੂੰ ਅਸੀਂ ਵਿਖਾਉਂਦੇ ਹਾਂ ਜੀ। ਪਿੱਛੋਂ ਵੀ ਪੂਛਲ ਮਾਸ਼ਾਅੱਲਾ ਕਾਫੀ ਲੰਬੀ ਹੈਗੀ, ਅਤੇ ਜੀ ਅਸਲਾਮ ਵਾਲੇਕੁਮ ਵੀਰ ਜੀ, ਕੀ ਨਾਂ ਕੀ ਆਪਣਾ? ਇਮਰਾਨ ਅਸਗਰ ਅਸਜਦ। ਵੀਰ ਜੀ ਇਹ ਘੋੜੀ ਉਮਰ 'ਚ ਕਿੰਨੀ ਹੈਗੀ ਹੈ? ਸਾਢੇ ਨੌ ਸਾਲ ਦੀ। ਮੂੰਹ ਪੱਟ ਕੇ ਵਹਾਉਂਗੇ? ਪੱਟ ਲੈਂਦੀ ਆਰਾਮ ਨਾਲ? ਨਹੀਂ ਨਹੀਂ ਉਹ ਅੰਦਰ ਲਿਆ ਦੰਦ ਦੀ ਚਿੱਪੜਾ ਅੰਦਰੋਂ ਵਹਾਓ। ਜ਼ਿਆਦਾ ਉਮਰ ਦੀ ਹੈ ਯਾਰ, ਉਮਰ ਜ਼ਿਆਦਾ ਹੈਗੀ। ਅੱਛਾ ਅਤੇ ਇਹ ਵੀਰ ਜੀ ਕਿੰਨੇ ਪੈਸੇ ਦਿੰਦੇ? 1,30,000 ਰੁਪਇਆ। ਕੋਈ ਸੂਆ ਸੂਆ ਵੀ ਸੂਈ ਹੈ? ਦੋ ਸੂਈ ਹੈ। ਅੱਛਾ ਹੁਣ ਕਰਾਸ ਕਰੂਸ ਕਰਾਈ ਹੋਈ ਕੋਈ? ਅਤੇ ਰੇੜੇ ਛੇੜੇ ਲੱਗੀ ਹੋਈ ਹੈ? ਨਹੀਂ ਮਾਸ਼ਾਅੱਲਾ ਤੁਸੀਂ ਰੱਖੀ ਹੋਈ ਹੈ ਸ਼ਾਇਦ, ਰੇੜੇ ਬਾਂਹ ਦੇ ਜੇ ਕਿ ਨਹੀਂ ਜਾਂ ਪੇਟ ਸਵਾਰੀ ਹੈ? ਅੱਛਾ ਅਤੇ ਕਿਹੜੀ ਜਗ੍ਹਾ ਤੋਂ ਵੀਰ ਜੀ ਆ ਜੇ? ਚੱਕ ਮਹਿਮੂਦ। ਇੱਥੇ ਲਾਗੇ ਹੀ ਕਿਧਰੇ? ਲਾਗੇ ਹੀ ਮੈਂ ਕਿਹਾ। ਅੱਛਾ ਕੋਈ ਨੰਬਰ ਸ਼ੰਬਰ ਹੈਗਾ ਆਪਣਾ? ਕੀ ਨੰਬਰ ਹੈ ਜੀ? 0348 0348 44 47 970 44 47 970। ਅੱਛਾ ਲਓ ਜੀ 1,20,000 ਰੁਪਈਆ। ਇਹਦੇ 'ਚ ਕੋਈ ਰਿਆਇਤ ਵੀ ਹੋ ਜਾਏਗੀ ਜੀ? ਲਓ ਜੀ 1,00,000 ਪਤਾ ਨਹੀਂ 20,000 ਰੱਖਿਆ ਜਾਂ 30,000 ਰੱਖਿਆ ਜਨਾਬ। ਉਮਰ ਦੀ ਜ਼ਿਆਦਾ ਜੀ ਘੋੜੀ, ਕਿਉਂਕਿ ਲਓ ਜਨਾਬ ਹੋਰ ਤੁਹਾਨੂੰ ਦਿਖਾਉਣੇ ਘੋੜੀ। ਲਓ ਜੀ ਮਾਸ਼ਾਅੱਲਾ ਇੱਕ ਸਾਵੀ ਘੋੜੀ ਹੈ ਜੀ, ਅਤੇ ਇਹ ਸਾਵੇ ਰੰਗ ਦੀ ਘੋੜੀ ਜੇ, ਅਤੇ ਪਿੱਛੋਂ ਤੁਸੀਂ ਦੇਖੋ। ਬੰਦੇ ਨੂੰ ਮੈਂ ਕਿਹਾ ਜੀ ਤੁਸੀਂ ਚੈੱਕ ਤਾਂ ਕਰਾਓ, ਲੇਕਿਨ ਉਹ ਕਹਿੰਦਾ ਜੀ ਅਸੀਂ ਥੱਕੇ ਪਏ। ਲਓ ਜਨਾਬ ਪੈਰ ਪੂਰ ਸਾਰੇ ਮਾਸ਼ਾਅੱਲਾ ਸਾਫ਼ ਹੈਗੇ ਨੇ, ਆਹ ਵੇਖੋ ਪੈਰ ਸਾਰੇ ਸਾਫ਼ ਜੇ, ਪਿਛਲੇ ਵੀ ਸਾਫ਼ ਹੈਗੇ ਨੇ, ਔਰ ਕੋਰੀ ਘੋੜੀ ਹੈ ਕਿਉਂਕਿ ਇਹਦੇ ਖੁਰੀ ਛੁਰੀ ਨਹੀਂ ਲੱਗੀ ਹੋਈ, ਖੁਰੀਆਂ ਨਹੀਂ ਲੱਗੀਆਂ। ਇਹ ਦੇਖੋ ਪਿਛਲੇ ਪੈਰ ਦੇ ਵਿੱਚ ਵੀ ਖੁਰੀਆਂ ਨਹੀਂ ਲੱਗੀਆਂ, ਅਤੇ ਇਹਦੀ ਉਮਰ ਕਿੰਨੀ ਕੁ ਹੈਗੀ ਹੈ? ਕਿਉਂ ਵੀਰ ਉਮਰ ਕਿੰਨੀ ਕੁ ਹੈਗੀ ਇਹਦੀ? ਪੂਰੀ 5। ਚੱਲ ਮੂੰਹ ਤਾਂ ਪੱਟ ਕੇ ਵਿਖਾ ਦੇ। ਹਾਂ ਜੇ ਬਰਾ ਕਰੀ ਤੇਰਾ। ਹਾਂ ਲਓ ਜੀ 5 ਤਾਂ ਨਹੀਂ ਹੈਗੀ ਇਹ, 7-8 ਸਾਲ ਦੀ ਹੈ, ਕਿਉਂਕਿ ਦੰਦਾਂ ਦੀ ਜਿਹੜੀ ਸਿਆਹੀ ਉਹ ਫਿੱਕੀ ਪੈਂਦੀ ਜਾਂਦੀ ਹੈ। ਅਤੇ ਵੀਰ ਜੀ ਇਹਦੇ ਕਿੰਨੇ ਕੁ ਪੈਸੇ ਕਰ ਰਿਹਾ ਜੀ? 1,10,000 ਰੁਪਈਆ। 1,10,000 ਅਤੇ ਕਿਹੜੇ ਇਲਾਕੇ 'ਚੋਂ ਆਏ ਜੀ? 50 ਚੋਂ। 1,10,000 ਕੋਈ ਰਾਬਤਾ ਨੰਬਰ ਕੋਈ ਹੈਗਾ ਮੋਬਾਈਲ ਨੰਬਰ? 0307। ਅੱਛਾ ਜੀ 63 46। ਇੱਕ ਮਿੰਟ ਠਹਿਰ ਜਾਓ ਭਾਅ ਜੀ, ਦੋ ਓਨਰ ਹੈਗੇ ਜੇ, ਕੀ ਨਾਮ ਕੀ ਵੀਰ ਜੀ?
अच्छा जी असद अली दसो तेरा नंबर 0307 63 46 533 533 जी घोड़ी है छेरी चाहिए पाँच साल ये जी जी घोड़ी असी पहले वेखी है वह घोड़ी जे जी 12-13 साल की है 5 साल की नहीं है झूठ मारदा ये जी घोड़ी भी वेखोगे ये आखनगे जी 5 साल की है 5 साल की नहीं है लाइक साहब ही होर घोड़ी खलोती हुई है ਇਹ ਕਿੰਨੇ ਪੈਸੇ ਬਾਬਾ ਜੀ ਇਹਦੇ ਕਿੰਨੇ ਪੈਸੇ 70 ਦਾ ਤੇ ਇਹ ਮੋਹ ਕੀ ਹੈ ਇਹ ਸਾਰੀਆਂ 5 ਹੀ ਨੇ ਅੱਛਾ ਕਿ 12-13 ਸਾਲ ਦੀ ਨਹੀਂ 8 ਸਾਲ ਦੀ ਹੈ ਅੱਛਾ 70,000 ਰੁਪਇਆ 70,000 ਰੁਪਇਆ ਜਨਾਬ ਹੈ ਘੋੜਾ ਜੇ ਇਹਦੇ ਕੋਲੋਂ ਪੁੱਛ ਰਿਹਾ ਜੀ ਇਹ ਘੋੜਾ ਕਿੰਨੇ ਦਾ ਅਸਲਾਮ ਵਾਲੇਕੁਮ ਇਹ ਵੀਰ ਕਿੰਨੇ ਪੈਸੇ ਘੋੜੇ ਦੇ 60,000 ਰੁਪਇਆ ਠੀਕ ਪੈਰ ਪਰਲਾ ਖਰਾਬ ਹੈ ਖਰਾਬ ਨਹੀਂ ਸਿਰਫ ਖੁਰੀਆਂ ਲੱਗਣ ਵਾਲੀਆਂ ਲਓ ਜੀ 60,000 ਰੁਪਇਆ ਮੰਗਦਾ ਜੀ ਲਓ ਜੀ 80,000 ਰੁਪਇਆ ਗੱਲਾਂ ਸੁਣਦੇ ਪਏ ਜੀ ਇਹ ਵੀ ਵਪਾਰੀ ਹੈ ਆਈ ਮੂੰਹ ਪੱਟੀ ਦਾ ਰਹਿੰਦਾ ਸ਼ਫਾਕੀ ਖੀਰੀ ਬੱਚੀ ਹੈ ਜੀ 15 ਮਹੀਨੇ 80,000 ਰੁਪਇਆ 80,000 ਜੀ ਅਤੇ ਨੰਬਰ ਤਾਂ ਤੈਨੂੰ ਯਾਦ ਹੀ ਨਹੀਂ ਹੋਣਾ ਬਸ ਨੰਬਰ ਜੀ ਆ ਵੇਖ ਲਓ ਇਹਦਾ ਨੰਬਰ ਪਹਿਲੇ ਤੁਹਾਡੇ ਕੋਲ ਆ ਗਿਆ ਵੀਡੀਓ ਦੇ ਸ਼ੁਰੂ ਦੇ ਵਿੱਚ ਨੰਬਰ ਦਿੱਤਾ ਸੀ ਛੋਟੀ ਬਛੇਰੀ ਜਿਹਦੇ ਕੋਲ ਹੈਗੀ ਸੀ ਅਤੇ ਜਨਾਬ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਅਤੇ ਇਨਸ਼ਾਅੱਲਾ ਇਸ ਤਰ੍ਹਾਂ ਦੀ ਤੁਹਾਨੂੰ ਵੀਡੀਓ ਇਨਸ਼ਾਅੱਲਾ ਦਿਖਾਉਂਦੇ ਰਹਿੰਦੇ ਹਾਂ ਜਨਾਬ ਅਤੇ ਜਾਨਵਰ ਤੁਹਾਨੂੰ ਦਿਖਾਉਂਦੇ ਰਹਿੰਦੇ ਹਾਂ ਇਹ ਵੇਖੋ ਇੱਕ ਇਹ ਘੋੜੀ ਆਈ ਜੀ ਇਹ ਘੋੜੀ ਕੋਲ ਜਾਂਦੇ ਜੀ ਅਤੇ ਇਹਦਾ ਰੇਟ ਸ਼ੇਟ ਪੁੱਛਦੇ ਹਾਂ ਅਤੇ ਇਹਦਾ ਰੇਟ ਸ਼ੇਟ ਕੀ ਹੈਗਾ ਘੋੜੀ ਦਾ ਰਾਹ ਤੁਸੀਂ ਦੇਖੋ ਅਸਲਾਮ ਵਾਲੇਕੁਮ ਕੀ ਨਾਂ ਕੀ ਵੀਰ ਜੀ ਆਪਣਾ ਸਾਬਰ ਸਾਬਰ ਕੀ ਉਮਰ ਕਿੰਨੀ ਘੋੜੀ ਦੀ ਘੋੜੀ ਜਵਾਨ ਹੀ ਹੈ ਘੋੜੀ ਜਵਾਨ ਕਿੱਥੇ ਉਮਰ ਦੀ ਜ਼ਿਆਦਾ ਹੈਗੀ ਹੈ ਕੀ ਕੀ ਨਿਸ਼ਾਨੀ ਹੈ ਜਵਾਨ ਦੀ ਦੰਦਾਂ ਦੀ ਕੀ ਨਿਸ਼ਾਨੀ ਹੈ ਆ ਤਾਂ ਇਹਦੇ ਤਾਂ ਛਾਈਆਂ ਕਿੱਥੋਂ ਨੇ ਖਤਮ ਹੋ ਗਈਆਂ ਨੇ ਕਾਲੀਆਂ ਚਲੋ ਠੀਕ ਹੈ ਜੀ ਅੱਛਾ ਇਹਦੇ ਕਿੰਨੇ ਪੈਸੇ ਵੀਰ ਜੀ ਅਤੇ ਖੜਾ ਖਾਂਦਾ ਰਹਿ ਤੇਰੇ ਕੋਲ ਨਹੀਂ ਖੜੀ ਚਲੋ ਟੋੜਾ ਤਾਂ ਵਹਾ ਟੋੜਾ ਤਾਂ ਵਹਾ ਹੀ ਦੇਗਾ